ਸੋ ਵੈਲਕਮ ਬੈਕ ਗਾਇਜ਼ ਕੀ ਹਾਲ ਚਾਲ ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਇੰਡਸਟਰੀ ਦੀ ਇੰਡਸਟਰੀ ਆ ਜੋ ਲੀਕ ਦੇ ਨਾਮ ਤੋਂ ਮਸ਼ਹੂਰ ਹੈ ਲੀਕ ਇੰਡਸਟਰੀ ਪੰਜਾਬੀ ਇੰਡਸਟਰੀ ਹੋਵੇ ਹਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਜਾਂ ਹਿੰਦੀ 뮤직 ਡੀਐਚਐਚ ਰੈਪ ਹੋਵੇ ਕੁਝ ਵੀ ਹੋਵੇ ਇਹ ਜਿਹੜੀ ਲੀਕ ਇੰਡਸਟਰੀ ਆ ਇਹ ਸਿਰਫ ਆਨਲਾਈਨ ਨਹੀਂ ਐ ਆਫਲਾਈਨ ਵੀ ਹੈਗੀ ਸੀ ਬਹੁਤ ਟਾਈਮ ਪਹਿਲਾਂ ਕਿ ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਸੀ ਇਹ ਪਾਇਰੇਸੀ ਕਰਨ ਵਾਲੇ ਕਿਉਂ ਨਹੀਂ ਮਰਦੇ ਪਾਇਰੇਸੀ ਕਰਨ ਵਾਲੇ ਦੱਸ ਕਿਉਂ ਨਹੀਂ ਮਰਦੇ ਜਿੰਮੇ ਕਿ ਤੁਸੀਂ ਸਾਰਿਆਂ ਨੇ ਇਹ ਗੀਤ ਸੁਣਿਆ ਹੈ ਇਹ ਲਾਈਨ ਸੁਣੀ ਹੈ ਇਹ ਗੱਲ ਕਿਉਂ ਕਹੀ ਗਈ ਹੈ ਮਾਨਸਾਹਬ ਦਾ ਬਹੁਤ ਪੁਰਾਣਾ ਗੀਤ ਆ ਸਰਦਾਰ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਜੋ ਪਾਇਰੇਸੀ ਵਰਡ ਆ ਨਾ ਇਹ ਬਹੁਤ ਪੁਰਾਣਾ ਲੀਕ ਵੀ ਪਾਇਰੇਸੀ ਦਾ ਨਵਾਂ ਵਰਡ ਆ ਜਸਟ ਠੀਕ ਆ ਪਾਇਰੇਸੀ ਹੁੰਦੀ ਜੇ ਫਿਲਮ ਰਿਲੀਜ਼ ਹੋਈ ਉਹਨੂੰ ਕੈਮਰੇਜ ਸ਼ੂਟ ਕਰ ਲਿਆ ਤੇ ਆਪਾਂ ਸਭ ਨੇ ਉਹ ਫਿਲਮਾਂ ਪਾਇਰੇਟਡ ਫਿਲਮਾਂ ਆਲਮੋਸਟ ਇੰਡੀਆ ਵਿੱਚ ਹਰ ਬੰਦੇ ਨੇ ਦੇਖੀਆਂ ਨੇ ਉਹਨਾਂ ਦਾ ਪ੍ਰਿੰਟ ਵਦਿਆ ਨਹੀਂ ਹੁੰਦੇ ਤੇ ਉਹ ਥੇਟਰ ਪ੍ਰਿੰਟਡ ਹੁੰਦੀਆਂ ਥੀਏਟਰ ਪ੍ਰਿੰਟ ਜਿਨ੍ਹਾਂ ਨੂੰ ਆਪਾਂ ਕਹਿ ਦਾਂ ਨਾ ਠੀਕ ਆ ਉਹ ਪਾਇਰੇਸੀ ਹੁੰਦੀ ਹੈ ਜੀ ਸਾਰੀ ਉਹਦੇ ਤੋਂ ਆਰਟਿਸਟ ਨੂੰ ਪ੍ਰੋਡਿਊਸਰਸ ਨੂੰ ਕੋਈ ਪੈਸਾ ਨਹੀਂ ਬਣਦਾ ਇਦਾਂ ਹੀ ਗਾਣੇ ਵੀ ਲੀਕ ਹੁੰਦੇ ਨੇ ਗਾਣੇ ਲੀਕ ਹੋਣ ਚ ਸਭ ਤੋਂ ਜ਼ਿਆਦਾ ਮਸ਼ਹੂਰ ਰਿਹਾ ਹੈ ਸਿੱਧੂ ਮੂਸੇਵਾਲਾ ਬਾਈ ਸਾਡਾ ਤੇ ਫਿਰ ਕਰਨ ਦੇ ਗਾਣੇ ਬਹੁਤ ਲੀਕ ਹੁੰਦੇ ਰਹੇ ਯਾਰ ਮੈਨੂੰ ਲੱਗੇ ਕੋਈ ਸ਼ਰੀਕ ਹੋ ਗਿਆ ਕਿਉਂਕਿ ਮੈਂ ਵੀ ਥੋੜਾ ਜ਼ਿੰਦਗੀ ਚ ਠੀਕ ਹੋ ਗਿਆ ਔਜਲਾ ਨਹੀਂ ਔਜਲਾ ਜੀ ਨਹੀਂ ਦਬਦਾ ਫਿਰ ਕੀ ਹੋਇਆ ਜੀ ਗਾਣਾ ਲੀਕ ਹੋ ਗਿਆ ਅਰਜੈਂਟਲ ਨੋਬਾਈ ਦੇ ਗਾਣੇ ਬਹੁਤ ਲੀਕ ਹੁੰਦੇ ਆ ਸੋ ਮੈਂ ਇਸ ਵੀਡੀਓ ਦੇ ਨਾਲ 3-4 ਪਾਰਟ ਬਣਾਏ ਆ ਉਹਦੇ ਚ ਆਪਾਂ ਅੱਗੇ-ਅੱਗੇ ਤੁਹਾਨੂੰ ਐਲੈਬ੍ਰੇਟ ਕਰਾਂਗੇ ਸਾਰਾ ਕੁਝ ਕਿ ਕੀ ਸਾਕਤਾ ਵਾ ਤੇ ਕੀ ਨਹੀਂ ਆ ਤੇ ਲੀਕ ਕੀਤੀ ਕਿਵੇਂ ਬੰਦ ਹੋਣੀ ਚਾਹੀਦੀ ਇਹ ਕਿਵੇਂ ਇਹ ਚੀਜ਼ ਦਿਨੋਂ ਦਿਨ ਆਰਟਿਸਟ ਨੂੰ ਖਾ ਰਹੀ ਹੈ ਤੇ ਇਹ ਸਭ ਕੁਝ ਸਟਾਰਟ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਗੱਲ ਹੋਰ ਕਲੀਅਰਫਾਈ ਕਰਦਾ ਕੁਝ ਲੋਕ ਕਹਿੰਨਗੇ ਬਾਈ ਤੂੰ ਵੀ ਲੀਕ ਗਾਣੇ ਤੇ ਰਿਜੈਕਟ ਕਰਦਾ ਰਿਆਂ ਲੀਕ ਗਾਣੇ ਵਿੱਚ ਜਿੰਨਿਆਂ ਤੇ ਵੀ ਰਿਐਕਟ ਕੀਤਾ ਸਿਰਫ ਕਰਨ ਵਾਲੇ ਦੇ ਮਾ ਗਾਣੇ ਨੂੰ ਛੱਡ ਗਏ ਬਾਕੀ ਸਾਰੇ ਗਾਣੇ ਐਟ ਲੀਸਟ ਵੀ ਤਾਂ 2 ਤੋਂ 3 ਮਹੀਨੇ ਪੁਰਾਣੇ ਹੁੰਦੇ ਸੀ ਜਾਂ ਕਈ ਗਾਣੇ ਐਸੇ ਨੇ ਜਿਹੜੇ ਸਾਲਾਂਵਾਰ ਦੀ ਪੁਰਾਣੇ ਨੇ ਤੇ ਪਤਾ ਹੈ ਕਿ ਆਰਟਿਸਟ ਨੇ ਉਹ ਕਦੀ ਨਹੀਂ ਕੱਢਣੇ ਮੈਂ ਉਹਨਾਂ ਗਾਣਿਆਂ ਤੇ ਰੈਕਟ ਕੀਤਾ ਜਸਟ ਠੀਕ ਹੈ ਉਹ ਵੀ ਬਹੁਤ ਸਾਰੇ ਕਮੈਂਟਸ ਤੋਂ ਬਾਅਦ ਅੱਜ ਵੀ ਮੈਨੂੰ ਹਜ਼ਾਰਾਂ ਕਮੈਂਟ ਆਉਂਦੇ ਨੇ ਮੈਂ ਨਹੀਂ ਕਰਦਾ ਕਈ ਗਾਣੇ ਐਸੇ ਪਏ ਨੇ ਜਿਨ੍ਹਾਂ ਤੇ ਮੈਂ ਨਹੀਂ ਕਰਦਾ ਲਈ ਕਿ ਕਿਉਂ ਯਾਰ ਐਵੇਂ ਫਿਰ ਕੁਝ ਉੱਠ ਕੇ ਤਿੰਨ ਚਾਰ ਜਾਣੇ ਬੋਲਾਂ ਨਾ ਜਾਂਦੇ ਕਮੈਂਟਾਂ 'ਚ ਹਨਾ ਗੱਲ ਇਹ ਹੁੰਦੀ ਆ ਕੀ ਜਿਵੇਂ ਹੁਣ ਕਰਨ ਦਾ ਮਾ ਗਾਣਾ ਸੀਗਾ ਕਰਨ ਦਾ ਮਾ ਗਾਣਾ ਯਾਰ ਸਾਨੂੰ ਪਤਾ ਕਿ ਕਰਨ ਔਜਲਾ ਉਹ ਚੀਜ਼ ਨੂੰ origianally ਰਿਲੀਜ਼ ਨਹੀਂ ਕਰੇਗਾ ਠੀਕ ਹੈ ਬਹੁਤ ਕੁਝ ਹੁੰਦਾ ਬੰਦੇ ਦੀ ਪਰਸਨਲ ਲਾਈਫ ਦੇ ਵਿੱਚ ਉਹਦਾ ਬੜੇ ਬੌਂਡਸ ਹੁੰਦੇ ਨੇ ਬੜਾ ਕੋਈ ਤਰੀਕਾ ਹੁੰਦਾ ਠੀਕ ਹੈ ਸੋ ਕਰਨ ਨੇ ਉਹ ਗਾਣਾ ਲੀਕ ਕੀਤਾ ਜਾਂ ਲੀਕ ਹੋ ਗਿਆ ਜਿਵੇਂ ਵੀ ਆ ਠੀਕ ਹੈ ਤੇ ਆਪਾਂ ਹਰ ਇੱਕ ਚੀਜ਼ ਦੇ ਅੱਗੇ ਗੱਲ ਕਰਾਂਗੇ ਕਿ ਕਿਵੇਂ ਆਰਟਿਸਟ ਕੀ ਕੀ ਕਰਦੇ ਆ ਜਾਂ ਜਿਵੇਂ ਕਿਵੇਂ ਆਰਟਿਸਟ ਨੂੰ ਦਬਾਇਆ ਵੀ ਜਾਂਦਾ ਬਹੁਤ ਕੁਝ ਅੱਗੇ ਆਪਾਂ ਗੱਲ ਕਰਾਂਗੇ ਤੇ ਇਸ ਦਿਨ ਆ ਸਟਾਰਟ ਕਰਦੇ ਆ ਜੀ ਸੋ ਪਹਿਲਾ ਟੌਪਿਕ ਹੈ ਜੀ ਸਿੰਗਰ ਖੁਦ ਕਰਦਾ ਜਾਂ ਸਿੰਗਰ ਕਿਸੇ ਤੋਂ ਕਰਾਉਂਦਾ ਹੁਣ ਇਹਦੇ ਬਾਰੇ ਆਪਾਂ ਇੰਡਸਟਰੀ ਚ ਬਹੁਤ ਹੀ ਦੇਖ ਸਕਦੇ ਆ ਮੈਂ ਖੁਦ ਇੰਡਸਟਰੀ ਚ ਰਿਹਾ ਆਆਂ 5-6 ਸਾਲ ਮੈਨੂੰ ਪਤਾ ਹੋਇਆ ਠੀਕ ਆ ਸੋ ਇੰਡਸਟਰੀ ਦੇ ਵਿੱਚ ਇਹ ਗੱਲਾਂ ਬਹੁਤ ਨੇ ਕਿ ਸਿੰਗਰ ਕਈ ਵਾਰ ਕਹਿੰਦਾ ਕਿ ਯਾਰ ਗਾਣਾ ਲੀਕ ਕਰ ਦਿੰਨੇ ਆ ਲੀਕ ਦਾ ਕੀ ਹੁੰਦਾ ਆ ਲੀਕ ਨਾਲ ਕੀ ਹੁੰਦਾ ਕਿ ਲੋਕੀ ਕਹਿੰਦੇ ਯਾਰ ਲੀਕ ਹੋਇਆ ਇਸ ਆਰਟਿਸਟ ਦਾ ਗਾਣਾ ਲੀਕ ਹੋਇਆ ਇਹ ਆਰਟਿਸਟ ਕੌਣ ਆ ਉਹਦੇ ਪੁਰਾਣੇ ਗਾਣੇ ਵੀ ਲੋਕੀ ਸੁਣਨ ਲੱਜ ਜਾਂਦੇ ਆ ਠੀਕ ਆ ਉਹਦੇ ਲੀਕ ਗਾਣੇ ਨੂੰ ਵੀ ਪਿਆਰ ਮਿਲਦਾ ਜੇ ਗਾਣਾ ਵਧੀਆ ਆ ਠੀ ਠੀਕ ਹੈ ਕੋਈ ਨਾ ਕੋਈ ਆਪਣਾ YouTube account ਬਣਾ ਕੇ ਜਾਂ ਕੋਈ SoundCloud account ਬਣਾ ਕੇ ਜਾਂ ਕਈ ਵਾਰੀ ਉਹ ਆਪਣੇ ਕੋਈ ਸਟੋਰੀ ਵਗੈਰਾ ਦੇ ਵਿੱਚ ਹਲਕਾ ਜਿਹਾ ਸੁਣਾ ਦਣਗੇ Snippet type ਉਹਨੂੰ ਕਾਈਂਡ ਆਫ ਵੀ ਇੱਕ ਤਰੀਕੇ ਦਾ ਲੀਕ ਹੀ ਹੁੰਦਾ ਨਾ ਸੁਣਾਇਆ ਜਾਂਦਾ ਬੰਦੇ ਨੂੰ ਠੀਕ ਉਸ ਤੋਂ ਬਾਅਦ ਕੁਝ ਕਈ ਤਰੀਕ ਕਈ ਵਾਰ ਇਦਾਂ ਹੁੰਦਾ ਹੈ ਕਿ ਆਰਟਿਸਟ ਆਪਣੇ ਕਿਸੇ ਯਾਰ ਦੋਸਤ ਨੂੰ ਜਾਂ ਆਪਣੇ ਕਿਸੇ ਕੰਪਨੀ ਨੂੰ ਕਿਸੇ ਮੀਡੀਆ ਕੰਪਨੀ ਨੂੰ ਕਹਿੰਦੇ ਆ ਕਿ ਭਾਈ ਇਹ ਗਾਣਾ ਜਾਂ ਤਾਂ ਰੀਲਾਂ ਵਗੈਰਾ ਤੇ ਲੀਕ ਕਰ ਦਿਓ ਜਾਂ ਫਿਰ ਅੱਗੇ YouTube ਤੇ ਕਿਸੇ ਵਧੀਆ ਚੈਨਲ ਜਿਹੜਾ ਚੈਨਲ ਹਾਂ ਵੀ ਲੀਕਡ ਵਾਸਤੇ ਮਸ਼ਹੂਰ ਆ ਉਹਦੇ ਉੱਤੇ ਲੀਕ ਕਰਾ ਦੋ ਤਾਂ ਕਿ ਮੇਰਾ ਇਹ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਚੱਲ ਜਾਵੇ ਲੋਕਾਂ ਨੂੰ ਸਮਝ ਸੁਣ ਜਾਵੇ ਤੇ ਉਸ ਤੋਂ ਬਾਅਦ ਮੈਂ ਇਹਦੀ ਵੀਡੀਓ ਕੱਢੂੰਗਾ origignal track ਹਨਾ ਸੋ ਇਸ ਤਰੀਕੇ ਨਾਲ ਚੱਲਦਾ ਜੀ ਪਹਿਲਾ ਟੌਪਿਕ ਦਾ ਸਮਝਦਾ ਤੇ ਦੂਜੇ ਨੰਬਰ ਤੇ ਹੁੰਦਾ ਜੀ ਸਿੰਗਰ ਦਾ ਕੋਈ ਪ੍ਰੋਡਿਊਸਰ ਜਾਂ ਵੀਡੀਓ ਡਾਇਰੈਕਟਰ ਗਾਣਾ ਰਿਲੀਜ਼ ਕਰ ਦਿੰਦਾ ਹੈ ਜਿੰਨੂੰ ਜਾਂ ਤਾਂ ਪੂਰੇ ਪੈਸੇ ਦਿੱਤੇ ਹੁੰਦੇ ਜਾਂ ਤਾਂ ਪੈਸੇ ਦਿੱਤੇ ਨਹੀਂ ਗਏ ਹੁੰਦੇ ਤੇ ਗਾਣਾ ਬਾਅਦੋਂ ਕਿਸੇ ਹੋਰ ਤੋਂ ਕਰਾ ਲਿਆ ਹੁੰਦਾ ਕਈ ਵਾਰ ਆਪਾਂ ਸੁਣਦੇ ਆਂ ਕਿ ਲੜਾਈ ਹੋ ਜਾਂਦੀ ਹੈ ਕਈ ਵਾਰ ਸਿੰਗਰ ਕਈ ਵਾਰ ਮਿਊਜ਼ਿਕ ਡਾਇਰੈਕਟਰ ਕਹਿੰਦੇ ਹੁੰਦੇ ਪਿੱਛੇ ਵੀ ਇੱਕ ਵਾਰੀ ਗੱਲ ਹੋਈ ਸੀਗੀ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਹਨਾਂ ਦਾ ਉਹਨਾਂ ਨੇ ਕਿਹਾ ਸੀਗਾ ਤਿੰਨ ਚਾਰ ਜਣਾਂ ਦਾ ਕਿ ਬਾਈ ਅਸੀਂ ਮੀਡੀਆ ਵਿੱਚ ਤੁਹਾਡਾ ਨਾਮ ਰਿਲੀਜ਼ ਕਰ ਦਾਂਗੇ ਤੁਹਾਡੇ ਗਾਣੇ ਰਿਲੀਜ਼ ਕਰ ਦਾਂਗੇ ਜੇ ਤੁਸੀਂ ਸਾਡੇ ਪੈਸੇ ਨਾ ਦਿੱਤੇ ਕਿਉਂਕਿ ਸਿੰਗਰ ਕਈ ਕੀ ਕਈ ਵਾਰ ਕੀ ਕਰਦਾ ਡਮੀ ਦੇ ਪੈਸੇ ਨਹੀਂ ਦਿੰਦਾ ਬਾਅਦ ਚੋਂ ਗਾਣਾ ਜਾ ਕੇ ਕਿਤੇ ਹੋਰ ਕਰਾ ਲੈਂਦਾ ਮਿਊਜ਼ਿਕ ਡਾਇਰੈਕਟਰ ਕੰਮ ਕਰੀ ਜਾਂਦਾ ਫਿਰ ਮਿਊਜ਼ਿਕ ਡਾਇਰੈਕਟਰ ਕੋਲੋਂ ਦੇਖਦੇ ਇਹ ਤਾਂ ਗਾਣਾ ਕਿਸੇ ਹੋਰ ਵਰਕ ਵੱਲੋਂ ਆ ਗਿਆ ਹੈ ਕਿ ਮੈਂ ਫੁੱਧੂ ਸੋ ਉਸ ਤਰੀਕੇ ਨਾਲ ਕਈ ਵ ਗੁੱਸੇ 'ਚ ਹਨਾ ਖਿੱਚ ਕੇ ਬੰਦਾ ਕਰ ਦਿੰਦਾ ਕਈ ਵਾਰ 뮤జిక్ ਆਰਟਿਸਟ ਨੂੰ ਇਹ ਹੋ ਜਾਂਦਾ ਕਿ ਯਾਰ ਹੁਣ ਮਤਲਬ ਪਤਾ ਨਹੀਂ ਯਾਰ ਬਹੁਤ ਟਾਈਮ ਹੋ ਗਿਆ ਆਰਟਿਸਟ ਕਰੇਗਾ ਵੀ ਕਿ ਨਹੀਂ ਕਰੇਗਾ ਹਨਾ ਉਹਨੂੰ ਯਾਦ ਵੀ ਹੋਏਗਾ ਕਿ ਨਹੀਂ ਕੱਢ ਦਿੰਨੇ ਆ ਕਿਸੇ ਨਾ ਕਿਸੇ ਪਾਸਿਓਂ ਕਢਾ ਦਿੰਨੇ ਆ ਗਾਣਾ ਹਨਾ ਕਿ ਮੇਰਾ ਵੀ 뮤జిక్ 'ਚ ਨਾਮ ਬੱਜੇਗਾ ਲੋਕਾਂ ਨੂੰ ਆਏਗਾ ਕਿ ਹਾਂ ਯਾਰ ਇਹ ਵਾਲੇ ਆਰਟਿਸਟ ਇਹਦਾ 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 ਇਹਨਾ ਵੀ ਗਾਣਾ ਆਇਆ ਹੋਇਆ ਹਨਾ ਤੋਂ ਗਾਣਾ ਲੀਕ ਹੋਇਆ ਤੇ ਲੀਕ ਵੀ ਚੱਲ ਰਿਹਾ ਸੋ ਉਸ ਤਰੀਕੇ ਨਾਲ ਬਹੁਤ ਗੇਮ ਚੱਲਦੀ ਆ ਅਗੇ ਨੰਬਰ 3 ਤੇ ਕੋਈ ਹੋਰ ਆਰਟਿਸਟ ਜਾਂ ਫੀਚਰਿੰਗ ਆਰਟਿਸਟ ਗਾਣੇ ਨੂੰ ਕਈ ਵਾਰ ਲੀਕ ਕਰ ਦਿੰਦੇ ਨੇ ਸਿਰਫ ਗਾਣੇ ਨੂੰ ਜਲਦੀ ਰਿਲੀਜ਼ ਕਰਾਉਣ ਵਾਸਤੇ ਜਾਂ ਉਹਨਾਂ ਦਾ ਕੋਈ ਡਿਸਪਿਊਟ ਹੋਇਆ ਹੁੰਦਾ ਗਾਣੇ ਨੂੰ ਲੈ ਕੇ ਈਵਨ ਕਿ ਕਈ ਵਾਰ ਐਸਾ ਏਦਾਂ ਵੀ ਹੁੰਦਾ ਹੈ ਕਿ ਇੱਕੋ ਗਾਣਾ ਲਿਰਿਸਟ ਨੇ ਦੋ ਸਿੰਗਰ ਨੂੰ ਦਿੱਤਾ ਹੁੰਦਾ ਤੇ ਦੋਵੇਂ ਨੇ ਗਾਤਾ ਹੁੰਦਾ ਠੀਕ ਹੈ ਉਹ ਵੀ ਬڑے ਚੱਕਰ ਹੁੰਦੇ ਨੇ ਬਟ ਅਪਾ ਕੱਲੇ ਲੀਕ ਦੀ ਗੱਲ ਕਰਦੇ ਆਂ ਲੀਕ 'ਚ ਹੁਣ ਦੇਖਦੇ ਹਾਂ ਕਿ ਕਈ ਵਾਰ ਆ ਫੀਚਰਿੰਗ ਆਰਟਿਸਟ ਜਿਵੇਂ ਜਸਟ ਆਪਣਾ ਇੱਕ ਰੀਸੈਂਟ ਗੱਲ ਕਰ ਲਈ ਸਿੱਧੂ ਦੇ ਡਿਮੈਂਸ ਤੋਂ ਬਾਅਦ ਆਪਾਂ ਦੇਖਿਆ ਬਰਨਾ ਬாய் ਹੋ ਗਿਆ ਸਟੈਫਲੰਡ ਆਨ ਹੋ ਗਏ ਇਹਨਾਂ ਨੇ ਸਟੈਫਲੰਡ ਨੂੰ ਗਾਇਆ ਇਹਨਾਂ ਨੇ ਗਾਣਾ ਕਿਤੇ ਨਾ ਕਿਤੇ ਸਟੋਰੀ ਚ ਸੁਣਾਇਆ ਉਹਨੂੰ ਵੀ ਲੀਕ ਹੀ ਕਹਿੰਦੇ ਆ ਉਹਨੂੰ ਕੁਝ ਹੋਰ ਨਹੀਂ ਕਹਿੰਦੇ ਹੈਗੇ ਸੋ ਉਹ ਚੀਜ਼ਾਂ ਵੀ ਆਰਟਿਸਟ ਕਈ ਵਾਰ ਕਰਦੇ ਆ ਕਈ ਵਾਰ ਪਿਆਰ ਚ ਕਰਦੇ ਆ ਕਈ ਵਾਰ ਖਾਰਚ ਚ ਕਰਦੇ ਆ ਬਟ ਕਰਦੇ ਨੇ ਅੱਗੇ ਚੱਲਦੇ ਹਾਂ ਜੀ 4ਥ ਨੰਬਰ ਤੇ ਕਈ ਵਾਰ ਸਿੰਗਰ ਦਾ ਕੋਈ ਦੋਸਤ ਹੁੰਦਾ ਜਿਵੇਂ ਕਿ ਸਪੋਜ਼ ਕਰੋ ਮੈਨੂੰ ਕੋਈ ਬੰਦਾ ਜਾਣਦਾ ਜਸਟ ਏਕ ਇਮੇਜਨ ਮੈਨੂੰ ਅਰਜਨ ਢੱਲੋਂ ਜਾਣਦਾ ਮੈਨੂੰ ਅਰਜਨ ਢੱਲੋਂ ਇੱਕ ਗਾਣਾ ਭੇਜਦਾ ਆਪਣਾ ਕਿ ਕਾਜ ਦਸ ਹਜ਼ਾਰ ਮੜਿਆ ਸੁਣਾ ਸੋਣੀ ਵਾਲਾ ਕਿਵੇਂ ਦਾ ਹੈ ਮੈਂ ਸੁਣ ਲਿਆ ਤੇ ਮੈਨੂੰ ਮੇਰਾ ਕੋਈ ਯਾਰ ਦੋਸਤ ਅੱਗੇ ਚੰਗਾ ਮੈਂ ਉਹਨੂੰ ਕਹਿੰਦਾ ਕਿ ਆ ਦੇਖ ਯਾਰ ਅਰਜਨ ਦਾ ਗਾਣਾ ਆਇਆ ਨਵਾਂ ਹੀ ਛੇਤੇ ਰਿਲੀਜ਼ ਹੋਣਾ ਬੜਾ ਘੈਂਟ ਆ ਸੁਣ ਤੇ ਉਹ ਮੈਨੂੰ ਕਹਿੰਦਾ ਯਾਰ ਘੁੰਮਣ ਮੈਨੂੰ ਭੇਜੀ ਮੜਾ ਜਾ ਤੇ ਬੰਦੇ ਤੋਂ ਮਨਾ ਹੁੰਦਾ ਨਹੀਂ ਬੰਦਾ ਅੱਗੇ ਭੇਜ ਦਿੰਦਾ ਕਿ ਤੇ ਉਹ ਅੱਗੇ ਕਿਸੇ ਨੂੰ ਸੁਣਾਉਂਦਾ ਉਹ ਵੀ ਕਹਿੰਦਾ ਅੱਗੇ ਨਾ ਭੇਜੀਂ ਤਾਂ ਭੇਜ ਦੇ ਭੇਜ ਦੇ ਭੇਜ ਦੇ ਗਾਣਾ ਅੱਗੇ ਵੀ ਚੱਲ ਜਾਂਦਾ ਬਟ ਅੱਗੇ ਨਾ ਭੇਜੀ ਵਾਲੀ ਗੱਲ ਵੀ ਹੁੰਦੀ ਹੈ ਸੋ ਇਸ ਤਰੀਕੇ ਨਾਲ ਵੀ ਗਾਣਾ ਲੀਕ ਹੁੰਦਾ ਹੈ ਇੰਡਸਟਰੀ ਦੇ ਵਿੱਚ ਸਿੱਧੂ ਨਾਲ ਇਦਾਂ ਹੁੰਦਾ ਆ ਕਿ ਸਿੱਧੂ ਨੇ ਆਪਣੇ ਇੱਕ ਇੰਟਰਵਿਊ 'ਚ ਵੀ ਦੱਸਿਆ ਸੀਗਾ ਕਿ ਯਾਰ ਕਈ ਵਾਰ ਕੋਈ ਬੰਦਾ ਯਾਰ ਦੋਸਤ ਗਾਣਾ ਮੰਗ ਲੈਂਦਾ ਆ ਕਿ ਭਾਜੀ ਵੀਰੇ ਭੇਜ ਦੇ ਯਾਰ ਹੁਣ ਐ ਕਰੇਂਗਾ ਹੁਣ ਤੂੰ ਗਾਣਾ ਸਾਨੂੰ ਨਹੀਂ ਦਵੇਂਗਾ ਯਾਰ ਐ ਵੱਡਾ ਸਟਾਰ ਹੋ ਗਿਆ ਸੋ ਸਾਖਤਾ ਵੀ ਇੰਡਸਟਰੀ ਵਿੱਚ ਬਹੁਤ ਚੱਲਦਾ ਹੈ ਤੇ ਅੱਗੇ ਚੱਲਦੇ ਆਂ ਅੱਗੇ 5 ਨੰਬਰ ਤੇ ਹੁੰਦੀ ਹੈ ਜੀ ਹੈਕਿੰਗ ਹੈਕਿੰਗ ਇੰਡੀਆ ਚ ਜਾਂ ਇਸ ਸਾਈਡ ਆਪਣੇ ਪੰਜਾਬੀ ਇੰਡਸਟਰੀ ਸਾਈਡ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਈਮੇਲਸ ਹੈਕ ਕਰਕੇ ਆਰਟਿਸਟ ਦੇ ਗਾਣੇ ਲੀਕ ਕਰਤੇ ਇਹ ਬਹੁਤ ਘੱਟ ਹੈ ਇਹ ਡੀਐਚਐਚ ਵਿੱਚ ਵੀ ਇੱਕ ਦੋ ਵਾਰੀ ਹੋਇਆ ਆ ਠੀਕ ਹੈ ਜਿਵੇਂ ਆਪਣੇ ਐਮਸੀ ਸਟਾਈਲ ਦੀ ਐਲਬਮ ਦੀ ਟਰੈਕ ਲਿਸਟ ਲੀਕ ਹੋ ਗਈ ਸੀਗੀ ਉਸ ਤੋਂ ਬਾਅਦ ਇੱਕ ਦੋ ਗਾਣੇ ਵੀ ਸ਼ਾਇਦ ਉਹਦੇ ਲੀਕ ਹੋਏ ਸੀਗੇ ਇਹ ਚੀਜ਼ਾਂ ਬਾਹਰ ਬਹੁਤ ਜ਼ਿਆਦਾ ਹੁੰਦੀਆਂ ਨੇ ਬਾਹਰ ਜਿਹੜੇ ਹੁੰਦੇ ਨੇ ਉਹ ਜੂਸ ਵਰਲਡ ਦਾ ਗਾਣਾ ਸੀਗਾ ਉਹਨੂੰ ਲੀਕ ਕਰ ਲਿਆ ਸੀਗਾ ਤੇ ਉਹਨੂੰ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਲੋਕਾਂ ਨੇ ਦਿੱਤੇ ਸੀਗਾ ਉਹ ਗਾਣਾ ਸੁਣਨ ਵਾਸਤੇ ਲੀਕਡ ਵਰਜਨ ਨੂੰ ਪਹਿਲਾਂ ਸੁਣਨ ਵਾਸਤੇ ਸੋ ਇਹਦਾ ਬਹੁਤ ਕੁਝ ਚੱਲਦਾ ਆ ਬਹੁਤ ਵੱਡੀ ਮਿਲੀਅਨ ਡਾਲਰ ਮਾਰਕੀਟ ਆ ਕਿਉਂਕਿ ਜਿਵੇਂ ਸਪੋਜ਼ ਕਰੋ ਮੈਂ ਚਲੋ ਆ ਪਾਗਲੇ ਟੋਪਿਕ ਵੱਲ ਚੱਲਦੇ ਅਗਲੇ ਟੋਪਿਕ 'ਚ ਇਹ ਚੀਜ਼ ਦੀ ਗੱਲ ਹੋਊਗੀ ਕਈ ਵਾਰ ਕੀ ਹੁੰਦਾ ਆ ਕਿ ਕੁਝ ਚੈਨਲਸ ਹੁੰਦੇ ਨੇ ਪਰਟੀਕੂਲਰਲੀ ਕੁਝ ਚੈਨਲਸ ਬਣਿਆ ਮੈਂ ਤੁਹਾਨੂੰ ਚੈਨਲਸ ਵੀ ਦਿਖਾ ਦਿੰਨਾ ਜਿੰਨੂੰ ਤੂੰ ਸਾਰਿਆਂ ਨੇ ਦੇਖ ਲਿਆ ਆ ਕੁਝ ਚੈਨਲਸ ਨੇ ਇਹ ਕੁਝ ਨੇ ਸਿਰਫ ਕੁਝਕ ਬਹੁਤ ਯੂਟਿਊਬ ਭਰਿਆ ਪਿਆ ਆਰਟਿਸਟ ਦੇ ਨੇਮ ਦੇ ਉੱਤੇ ਐਟ ਲੀਸਟ ਜਿਵੇਂ ਕਿ ਸਿੱਧੂ ਦੇ ਜਾਂ ਕਰਨ ਦੇ ਗੱਲ ਲਾ ਲਈਏ ਤੇ ਘਰਦ ਘਰ 20 25 25 30 ਚੈਨਲ ਹੋਣਗੇ ਸਿੱਧੂ ਇਹਨਾਂ ਦੇ ਆਪਣੇ ਨਾਮ ਤੇ ਮਤਲਬ ਇਹ ਆਪ ਨਹੀਂ ਉਸ ਚੈਨਲ ਨੂੰ ਚਲਾ ਰਹੇ ਬਟ ਕੋਈ ਹੋਰ ਚਲਾ ਰਿਹਾ ਇਹਨਾਂ ਦੇ ਨਾਮ ਤੋਂ ਹੀ ਤੇ ਉਹਨਾਂ ਦੇ ਵੀ ਹਜ਼ਾਰਾਂ ਦੇ ਸਬਸਕ੍ਰਾਈਬਰਸ ਨੇ ਠੀਕ ਹੈ ਉਹਨਾਂ ਕੋਲ ਗਾਣਾ ਚੱਲ ਦਿੰਦਾ ਉਹ ਪਾਇਆ ਹੁੰਦਾ ਉਹਨਾਂ ਨੇ ਆ ਨਾਂ ਥੱਲੇ ਲੋਕੀ ਦੇਖ ਲੈਂਦੇ ਸ਼ਾਇਦ ਉਹਨੇ ਪਾਇਆ ਹੁਣ ਕਰਨੌਜ ਲੈਣੇ ਜਦੋਂ ਕਰਨੌਜ ਦਾ ਮਿਊਜ਼ਿਕ ਆਪਣਾ ਇੱਕ ਜਿਹੜਾ origignal youtube ਚੈਨਲ ਆ ਉਹ ਪਾਇਆ ਠੀਕ ਹੈ ਤਾਂ ਕਿੰਨੇ ਕਰਨ ਔਜਲਾ ਦੇ ਉੱਤੇ ਜਿਹੜੇ ਫੇਜਿਸ ਸੀਗੇ ਉਹਨਾਂ ਨੇ ਕਰਨ ਔਜਲਾ ਦਾ ਮਿਊਜ਼ਿਕ ਕਰਨ ਔਜਲਾ ਮਿਊਜ਼ਿਕ ਸੇਮ ਕਰ ਲਿਆ ਇਵਨ ਕਿ ਡੀਪੀ ਵੀ ਸੇਮ ਲਾ ਲਈ ਤਾਂ ਕਿ ਲੋਕਾਂ ਨੂੰ ਇਹ ਨਾ ਪਤਾ ਲੱਗੇ ਕਿ ਕਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਿਹੜੇ ਨੂੰ ਨਹੀਂ ਕਰਨਾ ਉਹਦੇ ਵਿਜਾਇ ਸਾਡਾ ਚੈਨਲ ਸਬਸਕ੍ਰਾਈਬ ਹੋ ਜੇ ਬਹੁਤ ਵੱਡੀ ਪਾਇਰੇਸੀ ਵਾਲੀ ਮਾਰਕੀਟ ਚੱਲ ਰਹੀ ਹੈ ਇਸ ਦੁਨੀਆ ਦੇ ਵਿੱਚ ਲੋਕੀ ਲੱਖਾਂ ਰੁਪਏ ਕਮਾ ਰਹੇ ਨੇ ਸਪੋਜ਼ ਕਰੋ ਜਸਟ ਕਿ ਕੋਈ ਗਾਣਾ ਰਿਲੀਜ਼ ਹੋ ਜੇ ਤੇ ਉਹਦੇ ਤੇ ਕਾਪੀਰਾਈਟ ਲੱਗ ਜਾਏ ਕੋਈ ਪੈਸਾ ਨਹੀਂ ਬਣਦਾ ਹਨਾ ਉਹ ਨੂੰ ਵੀ ਉਹ ਵੀ ਇਹ ਉਸ ਗਾਣੇ ਨੂੰ ਵੀ ਚੱਕ ਕੇ ਲੋਕ ਆਪਣੇ ਪੇਜ ਤੇ ਪਾਉਂਦੇ ਆ ਕਿਉਂ ਕਿ ਵਾਚ ਟਾਈਮ ਚੱਲਦਾ ਰਹਿੰਦਾ ਸਬਸਕ੍ਰਾਈਬਰ ਆਉਂਦੇ ਰਹਿੰਦੇ ਆਪਣਾ ਲਾਈਕਸ ਕਮੈਂਟਸ ਵਿਊਜ਼ ਵੱਧਦੇ ਰਹਿੰਦੇ ਆ ਚੈਨਲ ਵੱਡਾ ਹੋ ਜਾਂਦਾ ਜਾਂਦਾ ਟੋਟਲ ਵਿਊਜ਼ ਵੱਧਦੇ ਜਾਂਦੇ ਵਾਚ ਟਾਈਮ ਵੱਧਦਾ ਜਾਂਦਾ ਵਾਚ ਟਾਈਮ ਦੇ ਖੇਡ ਨਾਲ ਹੀ ਤੁਸੀਂ ਰੈਂਕਿੰਗ ਦੇ ਵਿੱਚ ਆਨੇ ਹੋ ਕਾਫੀ ਹੱਦ ਤੱਕ ਠੀਕ ਹੈ ਜਿਹੜੇ YouTube ਚ ਲਾਂਦੇ ਉਹਨਾਂ ਨੂੰ ਪਤਾ ਹੋਊਗਾ ਸੋ ਇਹ ਜੇ ਇਹ ਜਿਹੜੇ ਜਿਹੜਾ ਦਾ ਗਾਣਾ ਲੀਕ ਆ ਗਿਆ ਇਹਨਾਂ ਨੂੰ ਪਤਾ ਲੱਗਿਆ ਇਹਨੇ ਸਟੂਡੀਓ ਚ ਚੱਕ ਕੇ ਪਾ ਦੇਣਾ ਆਪਣੇ ਦੇ ਠੀਕ ਹੈ ਤੇ ਉੱਤੇ ਲੱਖਾਂ ਮਿਲੀਅਨਸ ਚੋਗੇ ੱੱਕਾ ਗਾਣਾ ਤੁਸੀਂ ਸੋਚ ਗਣਾ ਲੀਕ ਜਿੰਨਾ ਜ਼ਿਆਦਾ ਚੱਲ ਗਿਆ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਮਤਲਬ ਕਿ ਅਰੇ ਆਰਟਿਸਟ ਨਾਲ ਹੁੰਦਾ ਵੀ ਆਰਟਿਸਟ ਕਈ ਵਾਰ ਖੁਦ ਕਰਾਉਂਦੇ ਆ ਕਈ ਵਾਰ ਹੁਣ ਕੁਝ ਆਰਟਿਸਟ ਹੈਗੇ ਨੇ ਠੀਕ ਹੈ ਉਹਨਾਂ ਦਾ ਸਾਨੂੰ ਪਤਾ ਵੀ ਲੱਗਦਾ ਆ ਕਿ ਹਾਂ ਯਾਰ ਇਹਨੇ ਖੁਦ ਕਰਾਇਆ ਆ ਜਿਵੇਂ ਉਹ ਕਈ ਵਾਰ ਪੁੱਛ ਲੈਂਦੇ ਨੇ ਠੀਕ ਹੈ ਤੇ ਜਸਟ ਮੈਂ ਕਿਸੇ ਨਾਮ ਨਹੀਂ ਲੈਣਾ ਚਾਹੁੰਗਾ ਜਸਟ ਉਦਾਂ ਇੱਕ ਦੋ ਵਾਰੀ ਹੋਇਆ ਆ ਕਿ ਭਾਜੀ ਤੁਸੀਂ ਜਾਣਦੇ ਹੋ ਕਿਸੇ ਦਾਲੇ ਜਿਹੜੇ ਲੀਕ ਕਰਦੇ ਹੋ ਜਾਂ ਕੁਝ ਵੀ ਸੋ ਉਸ ਤਰੀਕੇ ਨਾਲ ਗੱਲਬਾਤ ਹੁੰਦੀ ਆ ਕਿ ਭਾਜੀ ਪੈਸੇ ਵੀ ਦੇ ਦਾਂਗੇ ਉਹਨਾਂ ਨੂੰ ਆਪਣੇ ਚੈਨਲ ਤੇ ਪਾਉਣ ਵਾਸਤੇ ਕਿ ਜਸਟ ਗਾਣਾ ਲੀਕ ਹੋ ਜਾਏ ਉਹਦੇ ਨਾਲ ਕੀ ਹੁੰਦਾ ਹੈ ਕਿ ਉਸ ਚੈਨਲ ਦੇ ਉੱਤੇ ਉਹ ਮੰਡੀਰ ਬੈਠੇ ਹੁੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਗਾਣਾ ਲੀਕ ਹੋਇਆ ਇਸ ਚੈਨਲ ਤੇ ਆਈ ਗਈ ਆਏਗਾ ਠੀਕ ਆ ਉਹ ਚੈਨਲਸ ਨੂੰ ਲੋਕ ਸਬਸਕ੍ਰਾਈਬ ਕਰਕੇ ਰੱਖਦੇ ਨੇ ਕਿਉਂਕਿ ਉਹ ਗਾਣੇ ਜਾਂ ਤਾਂ ਹਿੱਟ ਹੋਣੇ ਹੁੰਦੇ ਨੇ ਜਾਂ ਵਧੀਆ ਆਰਟਿਸਟ ਦੇ ਹੁੰਦੇ ਆ ਇਹ ਕੁਝ ਐਸੇ ਗਾਣੇ ਹੁੰਦੇ ਨੇ ਜਿਹੜੇ ਅੰਡਰ ਰੇਟਡ ਆਰਟਿਸਟ ਦੇ ਹੁੰਦੇ ਆ ਪਰ ਉਹ ਗਾਣੇ ਵਧੀਆ ਹੁੰਦੇ ਆ ਤੇ ਅੱਗੇ ਉਹਨਾਂ ਨੇ ਗਰੋ ਕਰਨਾ ਹੁੰਦਾ ਤੇ ਉਹ ਗਾਣਾ ਕਾਫੀ ਜਲਦ ਤੱਕ ਕਲਿੱਕ ਕਰ ਜਾਂਦਾ ਹੈ ਲੀਕ ਦੇ ਵਿੱਚ ਰੀਲਸ ਤੇ ਇੰਨਾ ਗਾਣਾ ਲੀਕ ਹੋ ਰਿਆਣਾ ਇਸ ਟਾਈਮ ਤੇ ਹਣ ਹੁਣਾ ਸਿੱਧੂ ਦਾ ਐਲਾਨ ਗਾਣਾ ਲੀਕ ਹੋਇਆ ਠੀਕ ਹੈ ਟਿਕਟੌਕ ਤੇ ਲੀਕ ਹੋਇਆ ਜੀ ਗਾਣਾ ਤੋਂ ਦੋ ਤਿੰਨ ਦਿਨ ਹੋ ਗਏ ਹੁਣ ਸਾਰਾ YouTube ਪਰ ਆ ਪੈਲਾਨ ਦੇ ਨਾਲ ਤੇ ਉਹਦੇ ਤੇ ਵੀ ਸਭ ਤੋਂ ਵੱਡੀ ਦਿੱਕਤ ਪਤਾ ਕਿੰਨਾ ਦੀ ਹੈ ਸਾਡੀ ਲੋਕਾਂ ਦੀ ਹੈ ਹਰ ਆਰਟਿਸਟ ਹਰ YouTube ਚੈਨਲ ਇੱਕ ਲੀਕ ਗਾਣਾ ਪਾਊਗਾ ਕਿਉਂਕਿ ਉਹਨੂੰ ਪਤਾ ਲੋਕਾਂ ਨੇ ਦੇਖ ਲੈਣਾ ਉਹਨੂੰ ਪਤਾ ਆਡੀਅנס ਹੈ ਉਹਨਾਂ ਨੇ ਭੱਜ ਕੇ ਜਾ ਕੇ ਕਲਿੱਕ ਕਰਨਾ ਸਿੱਧੂ ਦੇ ਨਾਂ ਤੇ ਭੱਜ ਕੇ ਜਾ ਕੇ ਕਲਿੱਕ ਕਰਨਾ ਅਰਜਨ ਦੇ ਜਾਂ ਕਰਨ ਦੇ ਆ ਕਿਸੇ ਵੀ ਬੰਦੇ ਦੇ ਨਾਂ ਤੇ ਸਾਨੂੰ ਖੁਦ ਨੂੰ ਵੀ ਸਮਝਣਾ ਪਏਗਾ ਲੀਕ ਹੈ ਉਹਨੂੰ ਦੇਖਣਾ ਕਲਿੱਕ ਕਰਨਾ ਆਪਾਂ ਕਹਿੰਦੇ ਯਾਰ ਕੀ ਹੋ ਜੂਗਾ ਇੱਕ ਵਾਰ ਸੁਣ ਕੇ ਦੇਖ ਲੈਣਾ ਵਿਦੇ ਆਪ 1 1 1 1 1 1 ਕਰਦੇ ਨਾ ਉਹਨਾਂ ਦੇ ਲੱਖਾਂ ਚ ਵਿਊ ਹੋ ਜਾਂਦੇ ਆ ਤੇ ਉਹ ਲੱਖ ਰੁਪਈਆ ਬਣਾ ਲੈਂਦੇ ਨੇ ਠੀਕ ਆ ਕੋ ਉਹਨਾਂ ਨੇ ਕੋਈ ਕੁਝ ਵੀ ਨਹੀਂ ਕੀਤਾ ਹੁੰਦਾ ਉਹਨਾਂ ਨੇ ਹੈਨਾ ਉਹਨਾਂ ਦੇ ਰੀਮੇਂਟ ਵੀ ਲੱਗੇ ਹੁੰਦੇ ਸੋ ਆਰਟਿਸਟਸ ਨੂੰ ਇਸ ਤਰੀਕੇ ਨਾਲ ਖਰਾਬ ਕਰਦੇ ਆਂ ਕਈ ਵਾਰ ਕਈ ਐਸੇ ਗਾਣੇ ਨੇ ਤੁਸੀਂ ਸੋਚੋਣਗੇ ਜਾਂ ਸੁਣੇ ਹੋਣਗੇ ਜਿਹੜੇ ਲੀਕ 'ਚ ਇੰਨੇ ਜ਼ਿਆਦਾ ਸੁਣ ਲਏ ਕਿ ਜਦੋਂ ਗਾਣਾ origignal ਆਇਆ ਤੇ ਉਹਦੇ ਲੀਕ ਨਾਲੋਂ ਵੀ ਘੱਟ ਵਿਊ ਜਾਂ ਉਸ ਗਾਣੇ ਨੇ ਉਹਨਾਂ ਵਰਕ ਨਹੀਂ ਕਰਕੇ ਦਿੱਤਾ ਸਿੰਗਰ ਨੂੰ ਕਈ ਵਾਰ ਲੀਕ ਹੋ ਜਾਂਦਾ ਗਾਣਾ ਸਿੰਗਰ ਦੋ ਤਿੰਨ ਦਿਨਾਂ ਬਾਅਦ ਉੱਤੇ ਕਾਪੀਰਾਈਟ ਪਾਉਂਦਾ ਪਰ ਉਹ ਫਸਟ ਦੋ ਦਿਨ ਦੇ ਨੇ ਤਾਂ ਕ੍ਰੂਸ਼ੀਅਲ ਹੁੰਦੇ ਨੇ ਉਹਨਾਂ 'ਚ ਸਾਰਾ ਗਾਣਾ ਫੈਲ ਗਿਆ ਹੁੰਦਾ ਹਰ ਜਗ੍ਹਾ ਤੇ ਹਨਾ ਉਤੋਂ ਸਾਡੇ ਟਿਕਟੌਕ ਵਾਲੇ ਸੁੱਖ ਨਾਲ ਔਰੇ ਲਾ ਇਹਦਾ ਕੀ ਕਹੀਏ ਮਤਲਬ ਕੋਈ ਲੈਣ ਮੜੀ ਜਾਏ ਚੁੱਕ ਕੇ ਉਹਨਾਂ ਨੇ ਪਾਈ ਜਣੇ ਟਿਕਟੋਕਾਂ ਆਪਣੇ ਵੀਊ ਕੰਨ ਆਇਆ ਹਨ ਤੇ ਲੋਕੀ ਜਿਹੜਾ ਆਪਣੇ ਵਰਗੇ ਸਿਰਫ ਵੇਖ ਕੇ ਸਕਰੋਲ ਕਰਕੇ ਉਹਨੂੰ ਸੁਣੀ ਜਾਂਦੇ ਆ ਦੇ ਕੀ ਹੈ ਸਿੱਧੂ ਦਾ ਗਾਣਾ ਕੀ ਲੈਣ ਬੋਲੀਆ ਕੀ ਹੈ ਹਨਾ ਜਾਂ ਕਰਨ ਦਾ ਕੀ ਹੈ ਇਹ ਚੀਜ਼ ਸਾਨੂੰ ਰੋਕਣੀ ਪਊਗੀ ਸਾਨੂੰ ਖੁਦ ਰੋਕਣੀ ਪਊਗੀ ਸਾਰੇ ਆਣਾਂ ਨੂੰ ਮਿਲ ਕੇ ਸੋ ਜੀ ਇਹ ਸੀਗੀ ਜੀ ਪੂਰੀ ਵੀਡੀਓ ਆਈ ਹੋਪ ਤੁਹਾਨੂੰ ਸਾਨੂੰ ਸਮਝ ਆ ਗਿਆ ਹੋਊਗਾ ਕਿ ਲੀਕ ਇੰਡਸਟਰੀ ਕੀ ਕਰ ਰਹੀ ਹੈ ਤੇ ਲੀਕ ਇੰਡਸਟਰੀ ਕਿਵੇਂ ਆਰਟਿਸਟ ਨੂੰ ਖਾ ਰਹੀ ਹੈ ਤੇ ਕਿਵੇਂ ਆਰਟਿਸਟ ਨੂੰ ਬਣਾ ਵੀ ਰਹੀ ਹੈ ਬਹੁਤ ਕੁਝ ਚੱਲ ਰਹਾ ਹੈ ਹੁਣ ਸਿੱਧੂ ਦੇ ਜਸਤਪੇ ਇੱਕ ਆਖਰ ਲਗਾ ਲਾ ਲੈਨੇ ਜੈਸੇ ਤੇ 15 ਦਿਨਾਂ ਚ ਨਵੋਂ ਗੀਤ ਆਉਂਦੇ ਨੇ ਸਿੱਧੂ ਨੇ ਆਪਣੀ ਇੱਕ ਵੀਡੀਓ ਵੀ ਪਾਈ ਸਕਦੇ ਸੋਚ ਸਕਦੇ ਹੋ ਬਹੁਤ ਬੁਰਾ ਲੱਗਦਾ ਚੁਗਾ ਨਾ ਕਦੇ ਕਦਹੀਂ ਮਹੀਨੇ ਦਾ ਨੌਵਾਂ ਗਾਣਾ ਬਈ ਇਹ ਜਿਹੜਾ ਲੀਕ ਹੋਇਆ ਪਤਾ ਨਹੀਂ ਸਾਰੇ ਹੱਥ ਤੋਂ ਕੀ ਪੈ ਗਏ ਮੰਗਰ ਪਤਾ ਨਹੀਂ ਕੌਣ ਆ ਯਾਰ ਕੌਣ ਨਹੀਂ ਗਾਣੇ ਲੀਕ ਤੇ ਲੀਕ ਤੇ ਲੀਕ ਤੇ ਲੀਕ 11 ਬਈ ਨੌ ਗਾਣੇ ਕਹਿਣ ਦੇਣ ਦੀ ਗੱਲ ਹੁੰਦੀ ਆ ਯਾਰ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਹੁਣ ਤਾਂ ਲੋ ਸਾਰੇ ਸਾਨੂੰ ਵੀ ਇਹ ਕਹਿਣ ਲੱਗੇ ਬਈ ਤੁਸੀਂ ਆਪ ਕਰਦੇ ਕਿ ਤੁਸਾਰਨ ਸੁਣ ਲਈ ਕਿ ਜਿਵੇਂ ਉਹਨੇ ਕਹਿ ਕੇ ਇੱਕ ਸਹੀ ਮਹੀਨੇ ਦਾ ਨਵਾਂ ਗੀਤ ਜਿਹੜਾ ਲੀਕ ਹੋਇਆ ਇਹਦੇ ਵਿੱਚ ਪਤਾ ਕੀ ਹੁੰਦਾ ਉਹਨੋਂ ਗਾਣੇ ਆਲਮੋਸਟ ਗੇਮ ਚੇਂਜਰਸ ਵਗੈਰਾ ਤੋਂ ਬਣੇ ਹੋਏ ਸੀ ਪਹਿਲਾਂ ਤੋਂ ਬਣੇ ਹੋਏ ਸੀ ਸੋ ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਆਪਣੇ ਯਾਰੋ ਦੋਸਤਾਂ ਨੂੰ ਗਾਣੇ ਭੇਜੇ ਆਉਂਦੇ ਨੇ ਜਦੋਂ ਗਾਣੇ ਚੱਲਣ ਲੱਗ ਜਾਂਦੇ ਨੇ ਨਾ ਯਾਰ ਦੋਸਤ ਕਹਿੰਦੇ ਯਾਰ ਪਾ ਦਿੰਨੇ ਆ ਕੀ ਜਾਂਦਾ ਕਿਹੜਾ ਪਤਾ ਲੱਗਦਾ ਬੜਾ ਕੁਝ ਆ ਸ਼ਕਲਾਂ ਕੁਝ ਹੁੰਦੀਆਂ ਨੇ ਅੰਦਰੋਂ ਕੁਝ ਹੁੰਦੇ ਨੇ ਹਰ ਬੰਦੇ ਨੂੰ ਯਾਰ ਨਹੀਂ ਸਮਝ ਲਿਦਾ ਹੁੰਦਾ ਸੋ ਆਪਣਾ ਗੀਤ ਆਪਣੇ ਹੱਥ ਆਪਣੇ ਤੱਕ ਰੱਖਿਆ ਕਰੋ ਸੁਣਾਉਣਾ ਹੁੰਦਾ ਕਿਸੇ ਨੂੰ ਆਪਣੇ ਫੋਨ 'ਚ ਸੁਣਾ ਦਿਆ ਕਰੋ ਪਰ ਅੱਗੇ ਨਾ ਕਰਿਆ ਕਰੋ ਤੇ ਇਹ ਲੀਕ ਇੰਡਸਟਰੀ ਨੇ ਆਪਣਾ ਆਪਣਾ ਰੋਕਣਾ ਦਾ ਖੁੰਦਾ ਵੈਸੇ ਰੁਕਦੀ ਤਾਂ ਚਲੋ ਹੈ ਨਹੀਂ ਬਟ ਆਪਣਾ ਕੰਮ ਹੈ ਦਿਨੋਂ ਦਿਨ ਘਟਾਉਣਾ ਸਸ਼ਟ੍ਰਿਕ